ਪੰਜਾਬੀ ਫਿਲਮ ਗੁੰਮਰਾਹ ਦੀ ਸਟਾਰਕਾਸਟ ਮਲੇਰਕੋਟਲਾ ਦੇ ਕਾਰਨੈਟ ਕੈਫੇ ਵਿਖੇ ਵਾਸਟ ਵਿਜ਼ਨ ਮਾਰਕੀਟਿੰਗ ਕੰਪਨੀ ਦੇ ਸੱਦੇ ਤੇ ਫਿਲਮ ਦੀ ਮਸ਼ਹੂਰੀ ਲਈ ਪਹੁੰਚੀ, ਜਿਸ ਵਿੱਚ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਦਲਵਿੰਦਰ ਕੰਗ, ਫਿਲਮ ਦੇ ਡਾਇਰੈਕਟਰ ਵਿਜੇ ਪਾਹਵਾ, ਲੇਖਕ ਰਵਿੰਦਰ ਸੈਂਗਰ ਅਤੇ ਫਿਲਮ ਵਿੱਚ ਭੂਮਿਕਾ ਨਿਭਾਉਣ ਵਾਲੇ ਨੀਰਜ ਕਾਂਤ ਤੇ ਚਮਕੌਰ ਸੋਹਲ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਵਿੰਦਰ ਕੰਗ ਨੇ ਆਖਿਆ ਕਿ ਉਨ੍ਹਾਂ ਦੀ ਫਿਲਮ ਆਮ ਫਿਲਮਾਂ ਤੋਂ ਵੱਖਰੀ ਹੈ, ਜੋ ਕਿ ਅੱਜ ਦੇ ਹਾਲਾਤਾਂ ਨੂੰ ਉਜਾਗਰ ਕਰਦੀ ਹੈ ਤੇ ਉਹਨਾਂ ਨੂੰ ਭਰੋਸਾ ਹੈ ਕਿ ਉਹਨਾਂ ਦੀ ਫਿਲਮ ਦਰਸ਼ਕਾਂ ਦੀ ਕਚਹਿਰੀ ਵਿੱਚ ਭਰਪੂਰ ਪ੍ਰਸ਼ੰਸਾ ਹਾਸਲ ਕਰੇਗੀ ਅਤੇ ਇਹ ਫਿਲਮ ਹਰੇਕ ਵਰਗ ਦੇ ਲੋਕਾਂ ਲਈ ਮਨੋਰੰਜਨ ਦਾ ਇੱਕ ਵਧੀਆ ਸਾਧਨ ਬਣ ਕੇ ਸਾਹਮਣੇ ਆਵੇਗੀ। ਇਸ ਮੌਕੇ ਫਿਲਮ ਦੇ ਡਾਇਰੈਕਟਰ ਵਿਜੇ ਪਾਹਵਾ ਨੇ ਆਖਿਆ ਕਿ ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਕਿਸੇ ਮਸ਼ਹੂਰ ਗਾਇਕ ਨੂੰ ਲੈ ਫਿਲਮ ਦੇ ਨਿਰਮਾਤਾਵਾਂ ਨੇ ਇੱਕ ਵੱਡੇ ਭਰੋਸੇ ਨਾਲ ਫਿਲਮ ਦਾ ਨਿਰਮਾਣ ਕੀਤਾ ਹੈ ਅਤੇ ਉਹਨਾਂ ਵੱਲੋਂ ਸਮਾਜ ਨੂੰ ਸੇਧ ਦੇਣ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਅਤੇ ਉਹ ਉਮੀਦ ਕਰਦੇ ਨੇ ਕਿ ਫਿਲਮ ਦੇ ਲੇਖਕ ਰਵਿੰਦਰ ਸੈਂਗਰ ਦੀ ਕਲਮ ਤੋਂ ਉਪਜੀ ਇਹ ਫਿਲਮ ਨਾ ਸਿਰਫ ਦਰਸ਼ਕਾਂ ਦੀ ਕਚਹਿਰੀ ਵਿੱਚ ਮਕਬੂਲੀਅਤ ਹਾਸਲ ਕਰਕੇ ਉਹਨਾਂ ਦਾ ਮਨੋਰੰਜਨ ਕਰੇਗੀ, ਬਲਕਿ ਸਮਾਜ ਨੂੰ ਇੱਕ ਸਹੀ ਸੇਧ ਦੇਣ ਲਈ ਆਪਣਾ ਯੋਗਦਾਨ ਵੀ ਪਾਵੇਗੀ। ਆਜ਼ਾਦ ਟੀਵੀ ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ। ਮੈਂ ਹਾਂ ਤੁਹਾਡਾ ਚਮਕੌਰ ਸੋਹਲ ਤੇ 4 ਅਕਤੂਬਰ ਨੂੰ ਇੱਕ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਂ ਹੈ ਗੁੰਮਰਾਹ ਤੇ ਉਸ ਦੇ ਵਿੱਚ ਇੱਕ ਮੈਂ ਇੰਸਪੈਕਟਰ ਦੀ ਭੂਮਿਕਾ ਨਿਭਾਈ ਤੇ ਜਿਸ ਦੇ ਵਿੱਚ ਮੈਨੂੰ ਆਪਣੇ ਵਿਜੇ ਪਾਵੀ ਨੇ ਬਹੁਤ ਅੱਛਾ ਕਰੈਕਟਰ ਦਿੱਤਾ ਤੇ ਇਹ ਸਮਾਜਿਕ ਯਾਨੀ ਇਹਦੇ ਵਿੱਚ ਬੁਰਾਈਆਂ ਬਹੁਤ ਚੰਗੀ ਤਰ੍ਹਾਂ ਦਰਸਾਈਆਂ ਗਈਆਂ। ਮੈਂ ਚਾਹੁੰਦਾ ਕਿ ਇਸ ਫਿਲਮ ਨੂੰ ਸਾਰੇ ਜਾ ਕੇ ਦੇਖੋ ਅਤੇ ਆਪਣਾ ਪਿਆਰ। ਥੈਂਕ ਯੂ ਰਵਿੰਦਰ ਸੰਗਰ। ਇਹ ਫਿਲਮ ਗੁੰਮਰਾਹ ਜੋ ਮੈਂ ਲਿਖੀ ਆ, ਸੋ ਸਾਰੀ ਟੀਮ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਸਾਰੀ ਟੀਮ ਨੇ ਹੀ। ਸੋ ਇਹ 4 ਅਕਤੂਬਰ ਨੂੰ ਪੰਜਾਬ ਦੇ ਚੰਗੇ ਅਤੇ ਮਾੜੇ ਹਾਲਾਤਾਂ ਨੂੰ ਬਿਆਨ ਕਰਦੀ ਹੋਈ ਸਿਨੇਮੇਘਰਾਂ ਦਾ ਸ਼ਿੰਗਾਰ ਬਣ ਜਾ ਰਹੀ ਆ। ਸੋ ਸਾਰਿਆਂ ਨੂੰ ਸਾਡੀ ਸਾਰੀ ਗੁੰਮਰਾਹ ਦੀ ਟੀਮ ਵੱਲੋਂ ਬੇਨਤੀ ਆ ਕਿ ਸਾਰੇ ਹੀ ਹੁੰਮ ਹੁਮਾ ਕੇ ਦੇਖੋ ਅਤੇ ਸਾਨੂੰ ਸਪੋਰਟ ਕਰੋ ਸਾਡੀ ਫਿਲਮ ਨੂੰ। ਸਤਿ ਸ਼੍ਰੀ ਅਕਾਲ ਜੀ। ਕਿਰਪਾ ਸਦਕਾ ਕਾਂਗਰ ਵਾਇਲਡ ਫਿਲਮ ਵੱਲੋਂ ਇੱਕ ਪੰਜਾਬੀ ਪਿਕਚਰ ਫਿਲਮ ਗੁੰਮਰਾਹ 4 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜੋ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਚੰਗੇ ਅਤੇ ਮਾੜੇ ਹਾਲਾਤਾਂ ਦੇ ਦਰਸਾਉਂਦੀ ਹੋਈ ਪੰਜਾਬੀ ਫਿਲਮ ਗੁੰਮਰਾਹ 4 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਨੋਟ ਕਰੋ, ਤਰੀਕ 4 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੋ ਪਲੀਜ਼ ਤੁਸੀਂ ਸਾਰਿਆਂ ਨੇ ਸਪੋਰਟ ਕਰਨਾ। ਥੈਂਕ ਯੂ। ਚਲੋ ਚਲੋ, ਮੈਂ ਵਿਜੇ ਪਾਵਾ, ਇਸ ਫਿਲਮ ਦੀ ਡਾਇਰੈਕਟਰ, ਅਤੇ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਕਿ 4 ਤਰੀਕ ਨੂੰ, 4 ਅਕਤੂਬਰ ਨੂੰ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਗੁੰਮਰਾਹ। ਪੰਜਾਬ ਦੇ ਜੋ ਹੁਣ ਦੇ ਹਾਲਾਤ ਨੇ ਉਹਦੀ ਰਿਐਲਿਟੀ ਨੂੰ ਪੇਸ਼ ਕਰਦਾ ਹੋਇਆ, ਸਮਾਜਿਕ ਢਾਂਚੇ ਨੂੰ, ਵਰਤਾਂਤ ਨੂੰ ਬਿਆਨ ਕਰਦੀ ਹੋਈ ਪੰਜਾਬੀ ਫਿਲਮ ਗੁੰਮਰਾਹ ਤੁਹਾਡੇ ਸਾਰੇ ਦੋਸਤਾਂ ਦੇ ਸਨਮੁੱਖ ਪੇਸ਼ ਹੋਣ ਜਾ ਰਹੀ ਹੈ। ਸੋ ਸਾਰੀ ਸੰਗਤ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ 4 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਪੂਰੀ ਸਪੋਰਟ ਕਰਿਓ। ਥੈਂਕ ਯੂ ਵੈਰੀ ਮੱਚ। ਮੈਂ ਨੀਰਜ ਕਾਂਤ। ਹੁਣੇ 4 ਅਕਤੂਬਰ ਨੂੰ ਸਾਡੀ ਫਿਲਮ ਆ ਰਹੀ ਹੈ ਗੁੰਮਰਾਹ, ਉਹਦੇ ਵਿੱਚ ਮੈਂ ਇੱਕ MLA ਦਾ ਕਰੈਕਟਰ ਕਰ ਰਿਹਾ, ਜੋ ਕਿ ਸਮਾਜ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਗਤੀਵਿਧੀਆਂ ਉਹ ਕਿਸ ਤਰ੍ਹਾਂ ਭਰਮਾਈਆਂ ਜਾਂਦੀਆਂ ਨੇ ਉਹ ਇਸ ਕਰੈਕਟਰ ਰਾਹੀਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਇਸ ਲਈ ਹੁੰਮ ਹੁਮਾ ਕੇ 4 ਅਕਤੂਬਰ ਨੂੰ ਪਹੁੰਚੋ ਅਤੇ ਇਸ ਫਿਲਮ ਦੇ ਸਾਡੇ ਉਪਰਾਲੇ ਨੂੰ ਕਾਮਯਾਬ ਬਣਾਓ।